ਭਾਰਤ ਦੀ ਸੰਸਦ ਅੰਦਰ ਕੱਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਲਈ ਤੇ ਪੰਜਾਬੀਆਂ ਲਈ ਜੋ ਸਟੈਂਡ ਲੈ ਕੇ ਜਿੱਥੇ ਆਪਣਾ ਮਾਨਾਮਤੀ ਸ਼ਾਨਾਮਤੀ ਇਤਿਹਾਸ ਦੁਹਰਾਇਆ, ਉੱਥੇ ਕਾਂਗਰਸ ਪਾਰਟੀ ਤੇ ਆਪ ਪਾਰਟੀ ਨੇ ਇਸ ਮਹੱਤਵਪੂਰਨ ਬਿੱਲ ਤੋਂ ਪਾਸਾ ਵੱਟ ਕੇ ਧੋਖਾ ਦੇਣ ਦਾ, ਵਿਸ਼ਵਾਸਘਾਤ ਕਰਨ ਦਾ ਆਪਣਾ ਇਤਿਹਾਸ ਜਾਂ ਫਿਤਰਤ ਦੁਹਰਾਈ ਆ। ਔਰ ਇਹਦੇ ਨਾਲ ਕਾਂਗਰਸ ਦੀ ਅਤੇ ਆਪ ਪਾਰਟੀ ਦੀ ਜਿਹੜੀ ਲੁਕਮੀ ਸਾਂਢ ਗਾਂਢ ਆ ਉਹ ਵੀ ਜਗ ਜ਼ਾਹਰ ਹੋਈ ਆ। ਔਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਖੇਤੀ ਸੰਬੰਧੀ ਆਰਡੀਨੈਂਸਾਂ ਦੇ ਵਿਰੁੱਧ ਸਟੈਂਡ ਲੈ ਕੇ ਸਾਬਤ ਕਰਤਾ ਕਿ ਅਕਾਲੀ ਦਲ ਜੋ ਕਹਿੰਦਾ ਹੈ ਉਹ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕੋਸ਼ਿਸ਼ਾਂ ਕੀਤੀਆਂ ਕਿ ਹਮਖਿਆਲ ਪਾਰਟੀਆਂ ਨੂੰ ਲੈ ਕੇ ਕਿਸਾਨ ਆਗੂਆਂ ਨਾਲ, ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰਕੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਕੋਲ, ਉਹਨਾਂ ਦੇ ਪ੍ਰਧਾਨ ਸਾਹਿਬ ਕੋਲ ਪੂਰੀ ਭਾਵਨਾ ਤੋਂ ਜਾਣੂ ਕਰਾਇਆ ਜਾਵੇ। ਪਰ ਅਫਸੋਸ, ਉਹਨਾਂ ਨੇ ਇਸ ਭਾਵਨਾ ਦੀ ਕਦਰ ਨਹੀਂ ਕੀਤੀ। ਪਰ ਸ਼੍ਰੋਮਣੀ ਅਕਾਲੀ ਦਲ ਨੇ ਜੋ ਵਾਅਦਾ ਵਚਨ ਪੰਜਾਬੀਆਂ ਨਾਲ, ਕਿਸਾਨਾਂ ਨਾਲ ਕੀਤਾ ਸੀ ਉਹ ਤੇ ਪੂਰੇ ਉਤਰੇ ਇਹ ਆਰਡੀਨੈਂਸ ਦੇ ਵਿਰੁੱਧ ਭੁਗਤ ਕੇ। ਔਰ ਮੈਂ ਸਮਝਦਾ ਕਿ ਅਕਾਲੀ ਦਲ ਨੇ ਜੋ ਮਾਨਾਮਤੀ ਸ਼ਾਨਾਮਤੀ ਇਤਿਹਾਸ ਦੁਹਰਾਇਆ ਹੈ ਉਹਦੀ ਕਦਰ ਪੰਜਾਬ ਅਤੇ ਖਾਸ ਤੌਰ 'ਤੇ ਕਿਸਾਨ ਦੇ ਲੋਕ ਕਰਨਗੇ, ਇਸ ਗੱਲ ਦਾ ਸਾਨੂੰ ਪੂਰਾ ਵਿਸ਼ਵਾਸ ਹੈ।